ਤਸਵੀਰਾਂ ਦੇਖ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਜਿੱਥੇ ਇਕੱਲੇ ਖੜੇ ਇੱਕ ਨੌਜਵਾਨ ਨੂੰ 15 ਤੋਂ 20 ਬਦਮਾਸ਼ ਟੁੱਟ ਕੇ ਪੈ ਜਾਂਦੇ ਨੇ, ਹਥਿਆਰਾਂ ਨਾਲ ਉਸ ਤੇ ਹਮਲਾ ਕਰਦੇ ਨੇ ਤੇ ਅਧਮਰਾ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਇਹਨਾਂ ਹਮਲਾਵਰਾਂ ਨੂੰ ਪੈਸੇ ਉਧਾਰ ਦਿੱਤੇ ਸਨ ਤੇ ਜਦੋਂ ਉਸਨੇ ਪੈਸੇ ਵਾਪਸ ਮੰਗੇ ਤਾਂ ਇਹ ਸਾਰੇ ਹੀ ਇਕੱਠੇ ਹੋ ਕੇ ਆ ਗਏ ਅਤੇ ਫਿਰ ਇਸ ਤੇ ਹਮਲਾ ਕਰ ਦਿੱਤਾ। ਤਸਵੀਰਾਂ ਇੰਨੀਆਂ ਖੌਫਨਾਕ ਨੇ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ। ਦਰਅਸਲ ਨੌਜਵਾਨ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਖੜਾ ਸੀ, ਇਸੇ ਦੌਰਾਨ ਦੋ ਗੱਡੀਆਂ ਦੇ ਵਿੱਚ ਇਹ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਨੇ ਤੇ ਆਉਂਦੇ ਹੀ ਇਸ ਨੌਜਵਾਨ ਤੇ ਹਮਲਾ ਕਰ ਦਿੰਦੇ ਨੇ। ਗੰਡਾਸੀਆਂ ਕਿਰਪਾਨਾਂ ਮਾਰ ਮਾਰ ਕੇ ਉਸਨੂੰ ਅਧਮਰਾ ਕਰ ਦਿੰਦੇ ਨੇ। ਡਰਦਾ ਹੋਇਆ ਕੋਈ ਵੀ ਪਿੰਡ ਵਾਲਾ ਇਸਨੂੰ ਬਚਾਉਣ ਦੇ ਲਈ ਨਹੀਂ ਆਉਂਦਾ। ਜਦੋਂ ਤੱਕ ਇਹ ਹਮਲਾਵਰ ਉਸਨੂੰ ਅਧਮਰਾ ਕਰਕੇ ਉੱਥੋਂ ਚਲੇ ਨਹੀਂ ਜਾਂਦੇ, ਉਦੋਂ ਤੱਕ ਇਸ ਨੌਜਵਾਨ ਦੇ ਨੇੜੇ ਕੋਈ ਨਹੀਂ ਆਇਆ। ਹਮਲਾਵਰਾਂ ਦਾ ਇੱਕ ਸਾਥੀ ਉਹਨਾਂ ਨੂੰ ਰੋਕਦਾ ਹੈ ਕਿ ਹੁਣ ਬਸ ਕਰੋ ਅਤੇ ਵਾਪਸ ਚਲੋ, ਜਿਸ ਤੋਂ ਬਾਅਦ ਸਾਰੇ ਹਮਲਾਵਰ ਵਾਪਸ ਗੱਡੀਆਂ 'ਚ ਬੈਠ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਆਉਂਦੇ ਨੇ ਤੇ ਫਿਰ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਸਵੀਰਾਂ ਜੀਰਾ ਦੇ ਪਿੰਡ ਚੰਗਾਲੀ ਕਦੀਮ ਦੀਆਂ ਨੇ, ਜਿੱਥੇ ਗੁੰਡਾ ਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਸ਼ਰਿਆਮ ਗੁੰਡਾ ਗਰਦੀ ਹੋਈ, 15 ਤੋਂ 20 ਬਦਮਾਸ਼ ਆਏ ਹਥਿਆਰਾਂ ਨਾਲ ਲੈਸ ਹੋ ਕੇ ਤੇ ਇੱਕ ਇਕੱਲੇ ਨੌਜਵਾਨ ਦੀ ਕੁੱਟਮਾਰ ਕਰਕੇ ਚਲੇ ਗਏ। ਉਸਨੂੰ ਅਧਮਰਾ ਕਰਕੇ ਜ਼ਖਮੀ ਕਰਕੇ ਉੱਥੋਂ ਫਰਾਰ ਹੋ ਗਏ ਅਤੇ ਕੋਈ ਵੀ ਪਿੰਡ ਦਾ ਵਿਅਕਤੀ ਨਾ ਤਾਂ ਉਸ ਨੌਜਵਾਨ ਦੀ ਮਦਦ ਕਰ ਸਕਿਆ ਤੇ ਨਾ ਹੀ ਇਹਨਾਂ ਹਮਲਾਵਰਾਂ ਨੂੰ ਰੋਕ ਸਕਿਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰਾ ਕੁਝ ਕੈਦ ਹੋ ਗਿਆ, ਜਿੱਥੇ ਇੱਕ ਪਾਸੇ ਤਾਂ ਹਮਲਾਵਰ ਇਸ ਨੌਜਵਾਨ ਨੂੰ ਮਾਰਦੇ ਰਹੇ ਗੰਡਾਸੀਆਂ ਨਾਲ ਕਿਰਪਾਨਾਂ ਨਾਲ, ਤਾਂ ਇੱਕ ਹਮਲਾਵਰ ਇਹਨਾਂ ਦੇ ਵਿੱਚੋਂ ਉਸਦੇ ਮੋਬਾਈਲ ਤੇ ਵੀਡੀਓ ਵੀ ਬਣਾ ਰਿਹਾ ਸੀ। ਦਰਅਸਲ ਇਹ ਨੌਜਵਾਨ ਸੁਖਜਿੰਦਰ ਸਿੰਘ ਹੈ, ਜਿਸਨੇ ਜੀਰਾ ਦੇ ਹੀ ਰਹਿਣ ਵਾਲੇ ਕੁਲਵਿੰਦਰ ਤੇ ਬਲਵਿੰਦਰ ਨੂੰ ਪੈਸੇ ਉਧਾਰ ਦਿੱਤੇ ਸਨ। 4 ਸਾਲ ਹੋ ਗਏ ਸਨ ਪਰ ਪੈਸੇ ਵਾਪਸ ਨਹੀਂ ਮੋੜੇ ਗਏ ਤੇ ਜਦੋਂ ਇਸ ਨੌਜਵਾਨ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ 15 ਤੋਂ 20 ਮੁੰਡਿਆਂ ਨੂੰ ਨਾਲ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਇਸ ਨੌਜਵਾਨ ਤੇ ਹਮਲਾ ਕਰਨ ਦੇ ਲਈ ਪਹੁੰਚ ਗਿਆ ਅਤੇ ਉਸਨੂੰ ਅਧਮਰਾ ਕਰਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਹ ਨੌਜਵਾਨ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ 7 ਬਾਏ ਨੇਮ ਤੇ ਕੁਝ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ। ਹਮਲੇ ਦੀਆਂ ਤਸਵੀਰਾਂ ਦੇਖ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਜਿੱਥੇ ਇਕੱਲੇ ਖੜੇ ਇੱਕ ਨੌਜਵਾਨ ਨੂੰ 15 ਤੋਂ 20 ਬਦਮਾਸ਼ ਟੁੱਟ ਕੇ ਪੈ ਜਾਂਦੇ ਨੇ, ਹਥਿਆਰਾਂ ਨਾਲ ਉਸ ਤੇ ਹਮਲਾ ਕਰਦੇ ਨੇ ਤੇ ਅਧਮਰਾ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਇਹਨਾਂ ਹਮਲਾਵਰਾਂ ਨੂੰ ਪੈਸੇ ਉਧਾਰ ਦਿੱਤੇ ਸਨ ਤੇ ਜਦੋਂ ਉਸਨੇ ਪੈਸੇ ਵਾਪਸ ਮੰਗੇ ਤਾਂ ਇਹ ਸਾਰੇ ਹੀ ਇਕੱਠੇ ਹੋ ਕੇ ਆ ਗਏ ਅਤੇ ਫਿਰ ਇਸ ਤੇ ਹਮਲਾ ਕਰ ਦਿੱਤਾ। ਤਸਵੀਰਾਂ ਇੰਨੀਆਂ ਖੌਫਨਾਕ ਨੇ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ। ਦਰਅਸਲ ਨੌਜਵਾਨ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਖੜਾ ਸੀ, ਇਸੇ ਦੌਰਾਨ ਦੋ ਗੱਡੀਆਂ ਦੇ ਵਿੱਚ ਇਹ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਨੇ ਤੇ ਆਉਂਦੇ ਹੀ ਇਸ ਨੌਜਵਾਨ ਤੇ ਹਮਲਾ ਕਰ ਦਿੰਦੇ ਨੇ। ਗੰਡਾਸੀਆਂ ਕਿਰਪਾਨਾਂ ਮਾਰ ਮਾਰ ਕੇ ਉਸਨੂੰ ਅਧਮਰਾ ਕਰ ਦਿੰਦੇ ਨੇ। ਡਰਦਾ ਹੋਇਆ ਕੋਈ ਵੀ ਪਿੰਡ ਵਾਲਾ ਇਸਨੂੰ ਬਚਾਉਣ ਦੇ ਲਈ ਨਹੀਂ ਆਉਂਦਾ। ਜਦੋਂ ਤੱਕ ਇਹ ਹਮਲਾਵਰ ਉਸਨੂੰ ਅਧਮਰਾ ਕਰਕੇ ਉੱਥੋਂ ਚਲੇ ਨਹੀਂ ਜਾਂਦੇ, ਉਦੋਂ ਤੱਕ ਇਸ ਨੌਜਵਾਨ ਦੇ ਨੇੜੇ ਕੋਈ ਨਹੀਂ ਆਇਆ। ਹਮਲਾਵਰਾਂ ਦਾ ਇੱਕ ਸਾਥੀ ਉਹਨਾਂ ਨੂੰ ਰੋਕਦਾ ਹੈ ਕਿ ਹੁਣ ਬਸ ਕਰੋ ਅਤੇ ਵਾਪਸ ਚਲੋ, ਜਿਸ ਤੋਂ ਬਾਅਦ ਸਾਰੇ ਹਮਲਾਵਰ ਵਾਪਸ ਗੱਡੀਆਂ 'ਚ ਬੈਠ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਆਉਂਦੇ ਨੇ ਤੇ ਫਿਰ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਸਵੀਰਾਂ ਜੀਰਾ ਦੇ ਪਿੰਡ ਚੰਗਾਲੀ ਕਦੀਮ ਦੀਆਂ ਨੇ, ਜਿੱਥੇ ਗੁੰਡਾ ਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਸ਼ਰਿਆਮ ਗੁੰਡਾ ਗਰਦੀ ਹੋਈ,
15 ਤੋਂ 20 ਬਦਮਾਸ਼ ਆਏ ਹਥਿਆਰਾਂ ਨਾਲ ਲੈਸ ਹੋ ਕੇ ਤੇ ਇੱਕ ਇਕੱਲੇ ਨੌਜਵਾਨ ਦੀ ਕੁੱਟਮਾਰ ਕਰਕੇ ਚਲੇ ਗਏ। ਉਸ ਨੂੰ ਅਧਮਰਾ ਕਰਕੇ ਜ਼ਖਮੀ ਕਰਕੇ ਉੱਥੋਂ ਫਰਾਰ ਹੋ ਗਏ ਅਤੇ ਕੋਈ ਵੀ ਪਿੰਡ ਦਾ ਵਿਅਕਤੀ ਨਾ ਤਾਂ ਉਸ ਨੌਜਵਾਨ ਦੀ ਮਦਦ ਕਰ ਸਕਿਆ ਤੇ ਨਾ ਹੀ ਇਹਨਾਂ ਹਮਲਾਵਰਾਂ ਨੂੰ ਰੋਕ ਸਕਿਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰਾ ਕੁਝ ਕੈਦ ਹੋ ਗਿਆ, ਜਿੱਥੇ ਇੱਕ ਪਾਸੇ ਤਾਂ ਹਮਲਾਵਰ ਇਸ ਨੌਜਵਾਨ ਨੂੰ ਮਾਰਦੇ ਰਹੇ ਗੰਡਾਸੀਆਂ ਨਾਲ ਕਿਰਪਾਨਾਂ ਨਾਲ, ਤਾਂ ਇੱਕ ਹਮਲਾਵਰ ਇਹਨਾਂ ਦੇ ਵਿੱਚੋਂ ਉਸਦੇ ਮੋਬਾਈਲ ਤੇ ਵੀਡੀਓ ਵੀ ਬਣਾ ਰਿਹਾ ਸੀ। ਦਰਅਸਲ ਇਹ ਨੌਜਵਾਨ ਸੁਖਜਿੰਦਰ ਸਿੰਘ ਹੈ, ਜਿਸਨੇ ਜੀਰਾ ਦੇ ਹੀ ਰਹਿਣ ਵਾਲੇ ਕੁਲਵਿੰਦਰ ਤੇ ਬਲਵਿੰਦਰ ਨੂੰ ਪੈਸੇ ਉਧਾਰ ਦਿੱਤੇ ਸਨ। 4 ਸਾਲ ਹੋ ਗਏ ਸਨ ਪਰ ਪੈਸੇ ਵਾਪਸ ਨਹੀਂ ਮੋੜੇ ਗਏ ਤੇ ਜਦੋਂ ਇਸ ਨੌਜਵਾਨ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ 15 ਤੋਂ 20 ਮੁੰਡਿਆਂ ਨੂੰ ਨਾਲ ਲੈ ਕੇ ਹਥਿਆਰਾਂ ਨਾਲ ਲੈਸ ਹੋ ਕੇ ਇਸ ਨੌਜਵਾਨ ਤੇ ਹਮਲਾ ਕਰਨ ਦੇ ਲਈ ਪਹੁੰਚ ਗਿਆ ਅਤੇ ਉਸਨੂੰ ਅਧਮਰਾ ਕਰਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਹ ਨੌਜਵਾਨ ਹਸਪਤਾਲ ਦੇ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ 7 ਬਾਏ ਨੇਮ ਤੇ ਕੁਝ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ।